काफ़ी साढ़े कस्टमर दूरों आंदा तो यही गल कह के जाता कि दुकाना अमृतसर हर जगह भी हो जाती बट जो स्टफ या जो कपड़े थोड़े को मिल जाते कितों नहीं मिलते। इंपोर्टेंट आर्टिकल है, नॉर्मल नहीं आर्टिकल है, इंपोर्टेंट है, स्टफ भी इंपोर्टेंट है। देखो पिछे भी पूरी कटाई पूरी लिखा हुआ है, कटाई नाल पूरा। एक आ शर्ट जी आर्मी प्रिंट च आ भी तुहानू मिल जाऊगी, आ देखो जी बहुत ही वधिया आर्टिकल, वधिया पीस थोड़े को। नाइक जॉर्डन दा लोअर वाइट कलर विच, इहदी भी बहुत काफ़ी डिमांड है, वाइट कलर की बहुत कस्टमर मंगते हैं इस विच भी। ये ड्राई फिट विच शॉर्ट है नाइकी का, तो इहदे विच भी अलग अलग डिजाइन अलग अलग कलर तुहानू सब मिल जाऊंगे। विंड शीटर विच साडे कोल शॉर्ट्स, आ पूरा लोगो है ते आ लाइनिंग विच है। साडा इंस्टाग्राम ते पेज है BMS Fashions 1 करके, उत्ते तुसीं फॉलो करो ते ओ डेली ते डेली तुहानू न्यू वैरायटी उत्ते अपलोड हुंदी है। मैं तो हमेशा ही कहना जदों अज तो साल दो साल या पाँच साल पहले की गल कर लिए पिंडां दे विच बलैतीए जां कनेडा अमेरिका तो को आना सी उन्होंने ये पाइया होंदियां सी, पर हुण BMS Fashion ने इदां दे काम कर दिते आ वी तुहानू बाहरले मुल्कां झाकण दी लोड़ नहीं, चुप करके तुसीं जलंधर BMS Fashion स्टोर ते आना, साडियां सारियां रीझां इन्हां ने पूरियां कर देणियां। स्टेट च पेंट आ पहुंची है कटफट स्टेट च, लाइक पूरी स्टेट है ते कटिंग है जेन्युइन कटिंग है, ये नहीं पूरी ज्यादा हैगा जेन्युइन कटिंग है, इन्हूं कोई भी आम भी बंदा पा सकता है। ਸਾਡੇ ਕੋਲ ਐਕਸੈਸਰੀ ਦੇ ਵਿੱਚ ਕੀ ਕੀ ਦਿੰਦੇ ਹੋ ਤੁਸੀਂ? ਐਕਸੈਸਰੀ ਵੀ ਸਾਡੇ ਕੋਲ ਕੈਪ ਹੈ, ਵਾਚ ਹੈ, ਪਰਫਿਊਮ ਵੀ ਹੈ ਸਾਡੇ ਕੋਲ, ਠੀਕ ਹੈ, ਬੈਗ ਹੈ ਤੇ ਬੈਲਟਸ ਵੀ ਮਿਲ ਜਾਊਗੀ ਸਾਡੇ ਕੋਲ ਅਲੱਗ ਅਲੱਗ ਬ੍ਰਾਂਡ ਦੀ ਅਲੱਗ ਅਲੱਗ ਵਾਚਿਸ, ਵਧੀਆ ਵਿੱਚ ਵਾਚ ਹੈ ਸਾਰੀਆਂ, ਇਹਨੀ ਕਿ ਨੋਰਮਲ। ਹਾਲਾਂਕਿ ਪੈਸੇ ਤਾਂ ਬਚਾ ਰਹੇ ਆ ਪਰ ਜਿਹੜੀ ਵੈਰਾਈਟੀ ਆ ਉਹ ਤਾਂ ਖੁੱਲ੍ਹਾ ਚੈਲੰਜ ਹੈਗਾ, ਤੁਹਾਨੂੰ ਪੰਜਾਬ ਦੇ ਹੋਰ ਕਿਸੇ ਸਟੋਰ 'ਚੋਂ ਇਹੋ ਜਿਹੀ ਵੈਰਾਈਟੀ ਨਹੀਂ ਮਿਲਦੀ। ਸਾਂਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਦੀਪ ਸਿੰਘ ਤੱਗੜ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ BMS Fashion ਸਟੋਰ ਦੇ ਵਿੱਚ, ਕਿਉਂਕਿ ਇੱਥੇ ਇੱਕ ਕਹਾਵਤ ਬਣ ਚੁੱਕੀ ਆ ਅਤੇ ਪੰਜਾਬ ਦੇ ਇੱਥੇ ਦੇਸੀ ਮੁੰਡੇ ਬਣ ਕੇ ਆਉਂਦੇ ਹੈਗੇ ਆ ਅਤੇ ਇੰਗਲਿਸ਼ ਬਣ ਕੇ ਇੱਥੋਂ ਚਲੇ ਜਾਂਦੇ ਆ, ਕਿਉਂਕਿ ਹਰ ਇੱਕ ਵਰਾਇਟੀ ਤੁਹਾਨੂੰ ਇੱਥੇ ਮਿਲਦੀ ਹੈਗੀ ਆ। ਖਾਸ ਤੌਰ 'ਤੇ ਜਿਵੇਂ ਤੁਸੀਂ ਵੈਸਟਰਨ ਕੱਪੜੇ ਲੈਣੇ ਹੈਗੇ ਆ, ਤੁਸੀਂ ਇੰਪੋਰਟਡ ਕੱਪੜੇ ਲੈਣੇ ਹੈਗੇ ਆ, ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਲੁੱਕ ਨੂੰ ਵਧੀਆ ਦਿਖਾਉਣਾ ਚਾਹੁੰਦੇ ਆ ਅਤੇ ਤੁਹਾਡਾ ਇੱਥੇ ਆ ਕੇ ਬਹੁਤ ਫਾਇਦਾ ਹੁੰਦਾ, ਕਿਉਂਕਿ ਜਿਹੜੀ ਵਰਾਇਟੀ BMS Fashion ਸਟੋਰ ਤੋਂ ਤੁਹਾਨੂੰ ਮਿਲ ਜਾਂਦੀ ਆ ਪੰਜਾਬ ਦੇ ਹੋਰ ਕਿਸੇ ਸਟੋਰ ਤੋਂ ਨਹੀਂ ਮਿਲਦੀ। ਜੇਕਰ ਤੁਸੀਂ ਇੱਦਾਂ ਦੀ ਵਰਾਇਟੀ ਲੈਣੀ ਆ ਤਾਂ ਤੁਹਾਨੂੰ ਵੱਡੇ ਸ਼ੋਰੂਮਾਂ ਦੇ ਵਿੱਚ ਵੱਡੇ ਬ੍ਰਾਂਡਾਂ ਦੇ ਵਿੱਚ ਜਾਣਾ ਪੈਂਦਾ, ਪਰ ਉੱਥੇ ਤੁਹਾਡੀ ਕਾਫੀ ਖਰਚਾ ਵੀ ਆ ਜਾਂਦਾ, ਤੁਹਾਨੂੰ ਕਾਫੀ ਮਹਿੰਗੇ ਕੱਪੜੇ ਮਿਲਦੇ ਨੇ, ਤੁਸੀਂ ਉਹ ਨਹੀਂ ਖਰੀਦ ਸਕਦੇ। ਇਸ ਕਰਕੇ BMS Fashion ਨੇ ਤੁਹਾਡੇ ਜਿਹੜੀ ਕਿ ਦੇਖ ਨੂੰ ਵਧੀਆ ਬਣਾਉਣ ਦੇ ਲਈ ਨਵੀਂ ਵਰਾਇਟੀ ਇੱਥੇ ਆ ਚੁੱਕੀ ਆ, ਘੱਟ ਪ੍ਰਾਈਜ਼ ਦੇ ਵਿੱਚ ਤੁਹਾਨੂੰ ਮਿਲਦੀ ਆ। ਅੱਜ ਅਸੀਂ ਫਿਰ ਜਿਹੜੇ ਇੱਥੇ ਦੇ ਓਨਰ ਰੋਹਿਤ ਭਾਜੀ ਹੈਗੇ ਇਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਦੀ ਇੱਕ ਵਾਰ ਵਾਰ ਇਹੀ ਹੁੰਦਾ ਵੀ ਅਸੀਂ ਨਵੇਂ ਡਿਜ਼ਾਈਨ ਲੈ ਕੇ ਆਈਏ ਅਤੇ ਪੰਜਾਬ ਦੇ ਸ਼ੌਕੀਨ ਮੁੰਡਿਆਂ ਨੂੰ ਵਧੀਆ ਦਿੱਖ ਦੇ ਸਕੀਏ। ਭਾਜੀ ਕਿੱਦਾਂ ਚੱਲ ਰਿਹਾ ਕੰਮ ਕਰ? ਕੰਮ ਕਰ ਵਧੀਆ ਚੱਲ ਰਿਹਾ ਭਾਜੀ। ਅਤੇ ਕਿੱਦਾਂ ਦੀ ਵਰਾਇਟੀ ਹੁਣ ਆ ਚੁੱਕੀ ਆ, ਕਿਉਂਕਿ ਤੁਹਾਨੂੰ ਅਸੀਂ ਜਦੋਂ ਵੀ ਆ ਕੇ ਵੇਖਦੇ ਹੈਗੇ ਹਾਂ, ਇੱਕ ਗੱਲ ਤਾਂ ਮੈਂ ਹੋਰ ਸ਼ੁਰੂ ਤੋਂ ਕਹਾਂਗਾ, ਕਿਉਂਕਿ ਸਮਰ ਸੀਜ਼ਨ ਹੈਗਾ ਪਰ ਪੰਜਾਬ ਦੇ ਵਿੱਚ ਕੀ ਜਿਹੜੇ ਵਰਲਡ ਵਾਈਡ ਪੰਜਾਬੀ ਹੈਗੇ ਆ ਮੁੰਡੇ ਤੁਹਾਡੇ ਨਾਲ ਜੁੜੇ ਹੋਏ ਹੈਗੇ ਆ ਨਾ, ਉਹ ਕਹਿੰਦੇ ਸੀ ਵੀ ਕਿ ਵਿੰਟਰ ਦੇ ਕੱਪੜੇ ਸਰਦੀਆਂ ਵਾਲੇ ਕੱਪੜੇ ਵੀ ਹੈਗੇ, ਕਰਕੇ ਉਹ ਬਾਹਰਲੇ ਮੁਲਕਾਂ ਵਿੱਚ ਬੈਠੇ ਤੇ ਉੱਥੇ ਉਹਨਾਂ ਨੂੰ ਉਹ ਵੀ ਲੋੜ ਪੈਂਦੀ ਹੈ ਕਿ ਸਾਡੇ ਕੋਲ ਇਕੱਲਾ ਸਮਰ ਦਾ ਹੈਗਾ। ਇਹ ਸਾਡੇ ਕੋਲ ਵਿੰਟਰ ਵੀ ਮਿਲ ਜਾਊਗਾ, ਮਤਲਬ ਕਿ ਜੋ ਵੀ ਵੀਰ ਬਾਹਰ ਬੈਠੇ ਹੋ ਜਿਹਨਾਂ ਨੂੰ ਵਿੰਟਰ ਦੇ ਕੱਪੜੇ ਚਾਹੀਦੇ, ਜਾਂ ਜਿਹਨਾਂ ਨੇ ਇੰਡੀਆ ਤੋਂ ਬਾਹਰ ਜਾਣਾ ਹੋ ਜਿਹਨਾਂ ਨੂੰ ਚਾਹੀਦੇ ਵਿੰਟਰ ਦੇ ਕੱਪੜੇ, ਉਹ ਵੀ ਸਾਡੇ ਕੋਲ ਅਵੇਲੇਬਲ ਹੈ। ਉਹ ਦੇਖੋ ਸਾਡੇ ਕੋਲ ਕਾਫੀ ਸਮਾਨ ਪਿਆ ਹੋਇਆ ਜੀ, ਪੂਰਾ ਉੱਪਰ ਨੀਚੇ ਉਸ ਸਾਈਡ ਵੀ ਕਾਫੀ ਸਟਾਕ ਸਾਡੇ ਕੋਲ ਪਿਆ ਹੋਇਆ ਵਿੰਟਰ ਦਾ ਵੀ, ਯਾਨੀ ਕਿ ਹਰ ਇੱਕ ਵਰਾਇਟੀ, ਹੁੱਡੀ ਲੈਣੀ ਆ, ਜੈਕਟ ਲੈਣੀ ਆ, ਜਾਂ ਜੋ ਵੀ ਸਰਦੀਆਂ ਵਾਲਾ ਹੈਗਾ ਟਰੈਕ ਸੂਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਹਜੇ ਵੀ? ਹਾਂਜੀ ਸਭ ਮਿਲ ਜਾਊਗਾ, ਸਭ ਅਵੇਲੇਬਲ ਆ ਸਾਡੇ ਕੋਲ। ਚਲੋ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦਾ ਜਿੱਦਾਂ ਦਾ ਮੌਸਮ ਹੈਗਾ ਜਾਂ ਗਰਮੀਆਂ ਦਾ ਮੌਸਮ ਹੈਗਾ, ਇਹਦੇ ਵਿੱਚ ਕਿਹੜੀ ਵਰਾਇਟੀ ਆ ਚੁੱਕੀ ਹੈ? ਜੇ ਆਪਾਂ ਪਹਿਲਾਂ ਸ਼ਰਟ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਕਿਹੜੀ ਕਿਹੜੀ ਵਰਾਇਟੀ ਹੈਗੀ ਆ? ਤੋ ਪਹਿਲੇ ਆਪਾਂ ਇੰਟਰਵਿਊ 'ਚ ਇੰਪੋਰਟੈਂਟ ਟੀ ਸ਼ਰਟ ਦਿਖਾਈਆਂ, ਇੰਪੋਰਟੈਂਟ ਲੋਅਰ ਦਿਖਾਏ, ਟਰੈਕ ਸੂਟ ਦਿਖਾਏ, ਪਰ ਕਦੇ ਇੰਪੋਰਟੈਂਟ ਸ਼ਰਟਸ ਨਹੀਂ ਦਿਖਾਈਆਂ। ਹੁਣ ਸਾਡੇ ਕੋਲ ਇੰਪੋਰਟੈਂਟ ਸ਼ਰਟਸ ਵੀ ਆ ਚੁੱਕੀਆਂ ਇੰਪੋਰਟੈਂਟ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਆਰਟੀਕਲ ਦਿਖਾਵਾਂਗੇ ਆਹ ਵਾਲਾ ਚੈੱਕ ਵਿੱਚ, ਇੰਪੋਰਟੈਂਟ ਆਰਟੀਕਲ ਹੈ, ਨੋਰਮਲ ਨਹੀਂ ਆਰਟੀਕਲ ਹੈ, ਇੰਪੋਰਟੈਂਟ 'ਚ ਹੈ, ਸਟੱਫ ਵੀ ਇੰਪੋਰਟੈਂਟ ਹੈ। ਦੇਖੋ ਪਿੱਛੇ ਵੀ ਪੂਰੀ ਕਟਾਈ ਪੂਰੀ ਲਿਖਿਆ ਹੋਇਆ, ਕਟਾਈ ਨਾਲ ਪੂਰਾ ਇੰਪੋਰਟੈਂਟ 'ਚ ਆਰਟੀਕਲ ਹੈ, ਵਧੀਆ ਆਰਟੀਕਲ ਹੈ, ਸੋਹਣਾ ਆਰਟੀਕਲ ਹੈ, ਅਤੇ ਇਹਦੇ ਵਿੱਚ ਇੱਕ ਰੈੱਡ ਕਲਰ ਹੈ। ਆਹ ਦੇਖੋ ਜੀ ਰੈੱਡ 'ਚ ਚੈੱਕ ਹੈ, ਬਹੁਤ ਹੀ ਵਧੀਆ ਚੈੱਕ ਹੈ, ਰੈੱਡ ਤਾਂ ਵੈਸੇ ਵੀ ਲੋਕਾਂ ਦੀ ਬਹੁਤ ਪਸੰਦ ਹੈ, ਅਤੇ ਉਹਦੇ ਵੀ ਪਿੱਛੇ ਪੂਰਾ ਵਾਈਟ ਨਾਲ ਪ੍ਰਿੰਟ ਕੀਤਾ ਹੋਇਆ, ਅਤੇ ਆਹ ਬਾਹ 'ਤੇ ਵੀ ਉਹਦੇ ਪੂਰਾ ਪ੍ਰਿੰਟ ਕੀਤਾ ਹੋਇਆ, ਠੀਕ ਹੈ ਜੀ। ਇੱਕ ਇਹਦਾ ਅਲੱਗ ਡਿਜ਼ਾਈਨ ਬਲੈਕ 'ਚ, ਆਹ ਦੇਖੋ ਬਹੁਤ ਹੀ ਸੋਹਣਾ ਆਰਟੀਕਲ, ਅਤੇ ਪੂਰੀ ਮਤਲਬ ਕਿ ਨਾ ਇਹਦੀ ਹੋਏ ਪੀ ਹੈ ਆਪਣੇ ਲਿਖਿਆ ਹੋਇਆ ਪੂਰਾ, ਪਿੱਛੇ ਵੀ ਲਿਖਿਆ ਹੋਇਆ ਪੂਰਾ ਇਹਦਾ। ਭਾਜੀ ਇਹ ਆਮ ਤੌਰ 'ਤੇ ਆਪਾਂ ਦੇਖਦੇ ਹੈਗੇ ਹਾਂ ਪੰਜਾਬ ਦੇ ਵਿੱਚ ਆਮ ਦੁਕਾਨਾਂ 'ਤੇ ਇਹੋ ਜਿਹਾ ਸਟੱਫ ਨਹੀਂ ਮਿਲਦਾ ਨਾ, ਇਹੋ ਜਿਹੇ ਇੰਪੋਰਟੈਂਟ ਕੱਪੜੇ ਨਹੀਂ ਮਿਲਦੇ ਹੈਗੇ, ਕਿਉਂਕਿ ਉਹ ਹੁੰਦਾ ਵੀ ਉਹਨਾਂ ਦੇ ਗਾਹਕ ਉੱਦਾਂ ਦੇ ਉਹਨਾਂ ਦੇ ਨਾਲ ਜੁੜੇ ਹੋਏ ਆ, ਪਰ ਸਾਡੇ ਕੋਲ ਵਰਾਇਟੀ ਵੀ ਕਾਫੀ ਵਧੀਆ ਹੁੰਦੀ ਆ ਅਤੇ ਕੱਪੜਾ ਵੀ ਸਾਡੇ ਕੋਲ ਉਹ ਹੁੰਦਾ ਜਿਹੜਾ
होर कितों नहीं मिलता। किदां दा रिस्पोंस मिलता पंजाब दे जिहड़े मुंडे हैगे आ उह किन्ना क पसंद करदे आ इंपोर्टेड कपड़े पाउणे, थोड़े जिहे वैरायटी वधिया पाउणी, किदां क उहनां नूं हुंदा आ? ਅਤੇ ਕਾਫੀ ਸਾਡੇ ਕਸਟਮਰ ਦੂਰੋਂ ਆਉਂਦਾ ਤਾਂ ਇਹੀ ਗੱਲ ਕਹਿ ਕੇ ਜਾਂਦਾ ਕਿ ਦੁਕਾਨਾਂ ਅੰਮ੍ਰਿਤਸਰ ਹਰ ਜਗ੍ਹਾ ਵੀ ਹੋ ਜਾਂਦੀ, ਬਟ ਜੋ ਸਟੱਫ ਜਾਂ ਜੋ ਕੱਪੜੇ ਤੁਹਾਡੇ ਕੋਲ ਮਿਲ ਜਾਂਦੇ ਉਹ ਕਿੱਥੋਂ ਨਹੀਂ ਮਿਲਦੇ, ਜੋ ਵਰਾਇਟੀ ਲਾਰਜ ਮਤਲਬ ਕਿ ਰੱਖੀ ਹੋਈ ਹੈ ਤੁਸੀਂ ਉਹ ਕਿੱਥੋਂ ਨਹੀਂ ਮਿਲਦੀ। ਸਾਡਾ ਇਹੀ ਹੈ ਕਿ ਆਪਣਾ ਲਿਆਂਦੇ ਆਰਟੀਕਲ ਅਲੱਗ ਅਲੱਗ ਹੈ ਕਿ ਕਸਟਮਰ ਸਾਡੇ ਕੋਲ ਦੂਰੋਂ ਆਵੇ, ਕਿਉਂਕਿ ਵਰਾਇਟੀ ਕਿੱਥੋਂ ਮਿਲਣੀ ਨਹੀਂ ਪਈ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਇਸ ਟਾਈਮ, ਔਰ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਸ਼ਰਟ ਕਿੱਥੋਂ ਮਿਲਣੇ ਨਹੀਂ ਆਮ, ਇਹ ਸਿਰਫ ਤੁਹਾਨੂੰ BMS ਫੈਸ਼ਨ ਤੋਂ ਹੀ ਮਿਲਣੀ ਹੈ, ਕਿਉਂਕਿ BMS ਫੈਸ਼ਨ ਤੋਂ ਇੰਨੇ ਕੁ ਜ਼ਿਆਦਾ ਲੋਕ ਜੁੜੇ ਹੋਏ ਆ ਅਤੇ ਇਹਨਾਂ ਨੂੰ ਵੀ ਆਪਣੇ ਕਸਟਮਰ ਨੂੰ ਫੈਸਿਲਿਟੀ ਦੇਣ ਦੇ ਲਈ ਜਿਹੜਾ ਕਿ ਬਿਲਕੁਲ ਇਸਦੇ ਸਾਹਮਣੇ 2 ਮਿੰਟ ਦੀ ਦੂਰੀ ਵੀ ਨਹੀਂ, 30 ਸੈਕਿੰਡ ਦੀ ਦੂਰੀ 'ਤੇ ਇੱਕ ਵੱਡਾ ਸ਼ੋਰੂਮ BMS ਫੈਸ਼ਨ ਸਟੋਰ ਦਾ ਬਣ ਰਿਹਾ ਹੈਗਾ, ਜਿਹੜਾ ਮਹੀਨੇ ਡੇਢ ਮਹੀਨੇ ਦੇ ਵਿੱਚ ਓਪਨਿੰਗ ਹੋ ਜਾਣੀ। ਉਹਦੇ ਵਿੱਚ ਲੇਡੀਜ਼ ਜੈਂਟਸ ਅਤੇ ਕਿਡਸ ਜਿਹੜੇ ਕੱਪੜੇ ਉਹਨਾਂ ਦੇ ਕੱਪੜੇ ਅਤੇ ਫੁੱਟਵੇਅਰ ਜਾਣੀ ਕਿ ਸ਼ੂ ਵਗੈਰਾ ਵੀ ਇਹਨਾਂ ਵੱਲੋਂ ਰੱਖੇ ਜਾਣੇ ਹੈਗੇ, ਉੱਥੇ ਤੁਹਾਨੂੰ ਹੋਰ ਵੱਡੀ ਵਰਾਇਟੀ ਮਿਲਣੀ ਆ, ਘੱਟ ਰੇਟਾਂ 'ਤੇ ਮਿਲਣੀ ਹੈਗੀ ਆ। ਅਤੇ ਭਾਅ ਜੀ ਹੋਰ ਵੀ ਮੈਨੂੰ ਥੋੜ੍ਹੀ ਜਿਹੀ ਵਰਾਇਟੀ ਚੈੱਕ ਕਰਾ ਦਿਓ ਤੁਸੀਂ। ਇੱਕ ਆਹ ਸ਼ਰਟ ਜੀ ਆਰਮੀ ਪ੍ਰਿੰਟ 'ਚ, ਆਹ ਵੀ ਤੁਹਾਨੂੰ ਮਿਲ ਜਾਊਗੀ, ਆਹ ਦੇਖੋ ਜੀ ਉਹਦੀ ਵਧੀਆ ਆਰਟੀਕਲ ਵਧੀਆ ਪੀਸ ਹੈ, ਅਤੇ ਉਸ ਵਿੱਚ ਆਹ ਦੇਖੋ ਜੀ ਆਹ ਕਲਰ, ਅਤੇ ਪਿੱਛੇ ਵੀ ਇਹਦੀ ਹਲਕਾ ਜਿਹਾ ਮਤਲਬ ਕਿ ਲਿਖਿਆ ਹੋਇਆ ਇਹਦੇ ਵਿੱਚ, ਆਹ ਦੇਖੋ ਜੀ ਆਹ ਸ਼ਰਟ ਜੀ, ਬਹੁਤ ਹੀ ਆਰਟੀਕਲ ਵਧੀਆ, ਬਹੁਤ ਹੀ ਨਾਈਸ ਆਰਟੀਕਲ ਹੈ, ਇੰਪੋਰਟੈਂਟ ਆਰਟੀਕਲ ਹੈ, ਜੈਨੂਅਨ ਮਤਲਬ ਕਿ ਆਪਣਾ ਇੰਡੀਅਨ ਮੇਡ ਆਰਟੀਕਲ ਨਹੀਂ ਹੈ, ਪਿੱਛੇ ਪੂਰੀ ਹੋਈ ਪਈ ਹੈ ਪ੍ਰਿੰਟਿੰਗ। ਹਮੇਸ਼ਾ ਹੀ BMS ਫੈਸ਼ਨ ਵੱਲੋਂ ਦਾਅਵੇ ਕੀਤੇ ਜਾਂਦੇ ਆ ਬਈ, ਅਸੀਂ ਜਦੋਂ ਇੱਥੇ ਆਉਂਦੇ ਆ ਕੇ ਦੇਖਦੇ ਵੀ ਹਾਂ ਵੀ ਪੰਜਾਬ ਦੇ ਵੱਡੇ ਮਾਡਲ ਜਿਹੜੇ ਹੈਗੇ ਉਹ ਵੀ ਆਉਂਦੇ ਆ, ਜਿਹੜੇ ਐਕਟਰਸ ਹੈਗੇ ਉਹ ਵੀ ਆਉਂਦੇ ਆ, ਜਿਹੜੇ ਸਿੰਗਰ ਹੈਗੇ ਉਹ ਵੀ ਆਉਂਦੇ ਆ, ਕਿਉਂਕਿ ਤੁਸੀਂ ਵੇਖ ਸਕਦੇ ਹੋ ਜਿਹੜੀ ਆਹ ਵਰਾਇਟੀ ਤੁਹਾਨੂੰ ਮਿਲ ਰਹੀ ਆ, ਇਹ ਮਾਡਲ ਸਿੰਗਰ ਇਹ ਪਾਉਣਾ ਬਹੁਤ ਪਸੰਦ ਕਰਦੇ ਆ, ਅਤੇ ਜਿਹੜੇ ਉਹਨਾਂ ਨੂੰ ਲੋਕ ਫੋਲੋ ਕਰਦੇ ਆ ਪੰਜਾਬ ਦੇ ਮੁੰਡੇ, ਉਹਨਾਂ ਕੋਲ ਸਿਰਫ ਇੱਕੋ ਹੀ ਆਪਸ਼ਨ ਬਚਦੀ ਆ ਵੀ ਅਸੀਂ ਜੇਕਰ ਉੱਦਾਂ ਦੀ ਆਪਣੇ ਆਪ ਦੀ ਲੁੱਕ ਬਣਾਉਣੀ ਹੈਗੀ ਆ ਤਾਂ ਉਹਨਾਂ ਨੂੰ BMS ਫੈਸ਼ਨ ਆਉਣਾ ਜ਼ਰੂਰੀ ਬਣ ਜਾਂਦਾ, ਜਿਨ੍ਹਾਂ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਇੱਧਰ ਰੋਹਿਤ ਭਾਜੀ ਹੋਣੀ ਬੜੀ ਮਿਹਨਤ ਕਰਦੇ ਆ, ਲਕਸ਼ੇ ਭਾਜੀ ਹੋਣੀ ਬੜੀ ਕਰਦੇ ਆ, ਅਤੇ ਇੱਕ ਵਧੀਆ ਜਿਹੜੇ ਕਿ ਡਿਜ਼ਾਇਨ ਲੈ ਕੇ ਆਉਂਦੇ ਆ ਅਤੇ ਪੰਜਾਬ ਦੇ ਮੁੰਡਿਆਂ ਨੂੰ ਘੱਟ ਰੇਟਾਂ ਦੇ ਵਿੱਚ ਮੁਹੱਈਆ ਕਰਾ ਰਹੇ ਆ। ਭਾਜੀ ਇਹ ਦਿਖਾ ਦੂੰਗਾ ਤੁਸੀਂ ਖੋਲ੍ਹ ਕੇ। ਹਾਂਜੀ ਆਹ ਦੇਖੋ ਜੀ ਆਰਟੀਕਲ ਪੂਰਾ ਪ੍ਰਿੰਟਿੰਗ ਹੈ, ਦੇਖੋ ਪਿੱਛੇ ਪੂਰੀ ਬੈਕ ਪ੍ਰਿੰਟਿਡ ਹੈ, ਅੱਗੇ ਵੀ ਬੈਕ ਪ੍ਰਿੰਟਿਡ ਹੈ, ਬਹੁਤ ਹੀ ਵਧੀਆ ਆਰਟੀਕਲ। ਇੱਕ ਆਹ ਦੇਖੋ ਜੀ ਭਾਈ ਬਹੁਤ ਹੀ ਸੋਹਣਾ ਡਿਫਰੈਂਟ ਇਹਦਾ ਹੈਗਾ ਆਰਟੀਕਲ, ਪਿੱਛੇ ਵੀ ਇਹਦੇ ਲਿਖਿਆ ਹੋਇਆ, ਇਹ ਸਾਰੇ ਜੋ ਤੁਹਾਨੂੰ ਸ਼ਰਟ ਦਿਖਾ ਰਹੇ ਸਾਰੇ ਇੰਪੋਰਟੈਂਟ ਆਰਟੀਕਲ ਵਿੱਚ ਹੈ। ਆਹ ਸ਼ਰਟ ਇਹਦੇ ਵਿੱਚ ਇੱਕ ਹੋਰ ਆਹ ਦੇਖੋ ਜੀ ਭਾਈ, ਡਿਜ਼ਾਈਨ ਵੀ ਸਾਰੇ ਵੱਖਰੇ ਆ ਨਾ, ਤੁਸੀਂ ਦੇਖ ਸਕਦੇ ਹੋ ਇਹਦੀ ਬਾਜੂ ਵੀ ਦੇਖ ਲਓ ਜਾਂ ਇਹਦੀ ਪੋਕਟ, ਇਹ ਕਿਤੇ ਉਹ ਨਹੀਂ ਮਿਲਦੇ ਹੋ, ਇਹ ਮੈਂ ਗਰੰਟੀ ਹੈ ਤੁਹਾਨੂੰ ਕਿੱਥੋਂ ਮਿਲ ਜਾਵੇ ਤਾਂ ਸ਼ਰਟ, ਇਹ ਸਾਰੀ ਇੰਪੋਰਟੈਂਟ ਵਿੱਚ ਸ਼ਰਟ ਹੈ, ਵਧੀਆ ਸ਼ਰਟ ਹੈ, ਕਿੱਥੇ ਨਹੀਂ ਮਿਲੀ ਸਿਰਫ ਤੁਹਾਨੂੰ ਸਿਰਫ BMS ਫੈਸ਼ਨ ਤੋਂ ਮਿਲੂਗੀ ਆਹ ਸ਼ਰਟਸ। ਆਹ ਦੇਖੋ ਜੀ ਆਰਟੀਕਲ ਲਾਈਨਿੰਗ 'ਚ ਆਰਟੀਕਲ ਹੈ, ਥੋੜ੍ਹਾ ਡਿਫਰੈਂਟ 'ਚ ਹੈ, ਥੋੜ੍ਹਾ ਸਟਾਈਲਿਸ਼ ਬਣਾਇਆ ਇਹਨੂੰ, ਬਲੂ ਤੇ ਬਲੈਕ ਦਾ ਜਿਹੜਾ ਬਣਿਆ ਬਲੈਕ ਦਾ ਕੰਬੀਨੇਸ਼ਨ ਹੈ, ਬਹੁਤ ਹੀ ਸੋਹਣਾ ਪੀਸ ਹੈ। ਭਾਜੀ ਸਰਦੀਆਂ ਵਾਲੀਆਂ ਵੀ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਵਿੰਟਰ ਸੀਜ਼ਨ ਹੈਗਾ ਨਾ, ਅਤੇ ਇਹ ਫੁੱਲ ਬਾਜੂ ਦੇ ਵਿੱਚ ਵੀ ਹੈਗਾ, ਜਿਹੜਾ ਸਮਰ ਸੀਜ਼ਨ ਜਿਵੇਂ ਹੁਣ ਗਰਮੀਆਂ ਦੇ ਵਿੱਚ ਪਾਉਣਾ, ਹਾਫ ਬਾਜੂ ਵਿੱਚ ਵੀ ਕੁਛ ਆਇਆ ਕੋਈ ਨਵਾਂ ਤੁਹਾਡੇ ਕੋਲ? ਹਾਫ ਬਾਜੂ ਵੀ ਸਾਡੇ ਕੋਲ ਪ੍ਰਿੰਟਡ ਸ਼ਰਟਾਂ ਪਹੁੰਚੀ, ਸਾਡੇ ਕੋਲ ਨਿਊ ਪ੍ਰਿੰਟਡ ਸ਼ਰਟ ਤੁਹਾਨੂੰ ਦਿਖਾਉਂਦੇ ਹਾਂ, ਇੱਕ ਆਰਟੀਕਲ ਹੈ ਸੋਹਣਾ ਆਰਟੀਕਲ ਹੈ, ਹਾਫ ਬਾਜੂ 'ਚ ਪ੍ਰਿੰਟਡ ਸ਼ਰਟ ਹੈ, ਇਸ ਵਿੱਚ ਤੁਹਾਨੂੰ ਕਲਰ ਮਿਲ ਜਾਊਗੇ, ਇੱਕ ਆ ਗ੍ਰੀਨ ਕਲਰ, ਠੀਕ ਹੈ ਜੀ, ਇੱਕ ਆ ਜੀ ਵਾਈਟ, ਅਲੱਗ ਪ੍ਰਿੰਟਿੰਗ ਇਸ 'ਚ ਵੀ। ਕਿੰਨਾ ਕੁ ਪਸੰਦ ਕਰਦੇ ਹੈਗੇ ਆ ਪੰਜਾਬ ਦੇ ਮੁੰਡੇ, ਕਿਉਂਕਿ ਇਹ ਫੁੱਲ ਬੂਟਿਆਂ ਵਾਲੇ ਇਹ ਡਿਜ਼ਾਇਨਰ ਜਿਹੇ ਇਹ ਜਿੱਦਾਂ ਬੀਚ 'ਤੇ ਪਾਉਣ ਵਾਲੀਆਂ ਸ਼ਰਟਾਂ ਹੈਗੀਆਂ, ਅਤੇ ਕਿੰਨਾ ਕੁ ਇਹਦਾ ਹੈਗੀ ਆ ਡਿਮਾਂਡ, ਕਿੰਨੀ ਕੁ ਆ ਪੰਜਾਬ ਦੇ ਮੁੰਡਿਆਂ 'ਚ? ਇਹਦੀ ਵੀ ਡਿਮਾਂਡ ਕਾਫੀ ਹੈ, ਮਤਲਬ ਬੀਚ 'ਚ ਵੀ ਨਹੀਂ, ਮਤਲਬ ਕਿ ਇੱਥੇ ਵੀ ਆਪਾਂ ਪਾ ਸਕਦੇ ਹਾਂ ਤਾਂ ਦੀ ਗੱਲ ਨਹੀਂ ਹੈਗੀ ਹੈ, ਆਪਾਂ ਪੰਜਾਬ 'ਚ ਵੀ ਪਾ ਸਕਦੇ ਹਾਂ, ਕਿੱਥੇ ਵੀ ਪਾ ਸਕਦੇ ਹਾਂ, ਇਹ ਸ਼ਰਟ ਦੇ ਹੀ ਸਟਾਈਲ ਹੈਗੀ ਹੈ, ਅਤੇ ਕਾਫੀ ਇਹਨੂੰ ਪਸੰਦ ਕਰਦੇ ਆ ਗਰਮੀ 'ਚ ਪਾਉਣ ਲਈ। ਇਸ ਵਿੱਚ ਆਹ ਦੇਖੋ ਇੱਕ ਆਹ ਕਲਰ, ਬਹੁਤ ਹੀ ਸੋਹਣਾ ਕਲਰ ਆ। ਭਾਅ ਜੀ ਸਾਈਜ਼ ਮਿਲ ਜਾਣੇ ਸਾਰੇ ਇਹਦੇ ਵਿੱਚ, ਜਿਵੇਂ ਲਾਰਜ, ਮੀਡੀਅਮ, ਐਕਸਲ, ਡਬਲ ਐਕਸਲ ਸਾਈਜ਼ ਤੁਹਾਨੂੰ ਸਾਰੇ ਮਿਲ ਜਾਊਗੇ ਇਹਦੇ ਵਿੱਚ, ਅਤੇ ਆਪਣੇ ਕੋਲ ਇੱਕ ਆਹ ਇੱਕ ਆਹ ਵੀ ਆਰਟੀਕਲ ਹੈ ਸਕਾਈ ਬਲਿਊ 'ਚ ਵੀ, ਆਹ ਦੇਖੋ ਜੀ ਆਰਟੀਕਲ ਗੱਲ ਕਰੀਏ ਤਾਂ ਜਿਹੜੀਆਂ ਜੀਨਸ ਦੀਆਂ ਪੈਂਟਾਂ ਹੈਗੀਆਂ, ਚਾਹੇ ਬੂਟ ਕੱਟ ਹੈਗੇ ਆ ਜਾਂ ਕੱਟੀਆਂ ਫੱਟੀਆਂ ਹੈਗੀਆਂ ਜਾਂ ਟੀ ਸ਼ਰਟਸ ਹੈਗੀਆਂ ਜਾਂ ਅਸੈਸਰੀ ਜਿਹੜੀ ਤੁਹਾਡੇ ਕੋਲ ਹੁੰਦੀ ਆ, ਉਹਦੇ ਵਿੱਚ ਵੀ ਕੁਛ ਨਵਾਂ ਆਇਆ ਤੁਹਾਡੇ ਕੋਲ? ਹਾਂਜੀ, ਕੋਈ ਸਾਡੇ ਕੋਲ ਕਾਫੀ ਕੁਛ ਨਵਾਂ ਸਟੋਕ ਆਇਆ, ਜੀਨ ਵਿੱਚ ਆਇਆ, ਟੀ ਸ਼ਰਟ ਵਿੱਚ ਆਇਆ, ਕੈਪਸ ਵੀ ਨਿਊ ਆਈ ਹੈ, ਉਹ ਤੁਹਾਨੂੰ ਆਪਾਂ ਉੱਥੇ ਦਿਖਾਉਂਦੇ ਹਾਂ ਤੁਹਾਨੂੰ। ਤੁਹਾਡੇ ਭਾਈ ਉੱਧਰ ਆਪਾਂ ਜਾਂਦੇ ਹਾਂ, ਜਿਹੜਾ ਸਾਡਾ ਇੰਸਟਾਗ੍ਰਾਮ ਦਾ ਪੇਜ ਆ ਉਹਦੇ ਬੜੇ ਚਰਚੇ ਆ, ਉਹ ਕਹਿੰਦੇ ਵੀ ਸਾਨੂੰ ਬਹੁਤ ਵੱਡੀ ਫੈਸਿਲਿਟੀ BMS ਫੈਸ਼ਨ ਸਟੋਰ ਦੇ ਰਿਹਾ, ਕਿਉਂਕਿ ਉਹ ਜਦੋਂ ਸਵੇਰ ਨੂੰ ਤੁਹਾਡਾ ਪੇਜ ਖੋਲ੍ਹਦੇ ਹੈਗੇ ਆ ਸਾਰਾ ਕੁਝ ਉਹਦੇ 'ਤੇ ਅਪਡੇਟ ਹੁੰਦਾ ਆ, ਅਤੇ ਉਹਨਾਂ ਨੂੰ ਥੋੜ੍ਹਾ ਈਜ਼ੀ ਹੋ ਜਾਂਦਾ, ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸ ਦਿਓ, ਜਿਹੜੇ ਅਜੇ ਤੱਕ ਤੁਹਾਡਾ ਲੋਕ ਨਹੀਂ ਜੁੜੇ ਹੈਗੇ ਜਾਂ ਜੋੜਨਾ ਚਾਹੁੰਦੇ ਆ, ਵੀਡੀਓ ਦੇਖ ਰਹੇ ਆ ਉਹ ਦੇਖਦੇ ਦੇਖਦੇ ਹੀ ਤੁਹਾਡਾ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਕਰ ਲੈਣਗੇ, ਅਤੇ ਕੀ ਫੈਸਿਲਿਟੀ ਉਹਦੇ 'ਤੇ ਤੁਸੀਂ ਦੇ ਰਹੇ ਹੈਗੇ ਲੋਕਾਂ ਨੂੰ?
ਸਾਡਾ ਇੰਸਟਾਗ੍ਰਾਮ ਤੇ ਪੇਜ ਹੈ BMS Fashions 1 ਕਰਕੇ ਉੱਤੇ ਤੁਸੀਂ ਫੋਲੋ ਕਰੋ ਤੇ ਉਹ ਡੇਲੀ ਤੇ ਡੇਲੀ ਤੁਹਾਨੂੰ ਨਿਊ ਵੈਰਾਈਟੀ ਉੱਥੇ ਅਪਲੋਡ ਹੁੰਦੀ ਹੈ ਔਰ ਜੋ ਵੀ ਤੁਹਾਨੂੰ ਉਹ 'ਚ ਕੁਝ ਪਸੰਦ ਆਉਂਦਾ ਹੈ ਉਹਦੇ ਪ੍ਰਾਈਜ਼ ਪੁੱਛਣ ਲਈ ਜਾਂ ਕਿੱਦਾਂ ਤੁਹਾਨੂੰ ਡਿਲੀਵਰ ਹੋਣਾ ਹੈ ਜਾਂ ਕੁਝ ਵੀ ਫਾਰਮੈਲਿਟੀ ਹੈ ਤੁਹਾਨੂੰ ਸਕਰੀਨ 'ਤੇ ਦੇ ਗਏ ਨੰਬਰ 'ਤੇ ਵਟਸਐਪ ਕਰੋ ਅਤੇ ਤੁਹਾਨੂੰ ਉਸ 'ਤੇ ਆਪਾਂ ਦੱਸ ਦਾਂਗੇ ਸਭ ਕੁਛ ਤਾਂ ਬਾਕੀ ਤੁਸੀਂ BMS ਫੈਸ਼ਨ ਦਾ ਜਿਹੜਾ ਬਾਈ ਜੂਨੀ ਦੱਸਿਆ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ ਅਤੇ ਉਹਦੇ ਉੱਤੇ ਤੁਹਾਨੂੰ ਰੋਜ਼ਾਨਾ ਹੀ ਜਿਹੜੀ ਕਿ ਇੱਕ ਪਾਈ ਜਾਂਦੀ ਹੈਗੀ ਅਪਡੇਟ ਪਾਈ ਜਾਂਦੀ ਜਿਹੜੇ ਨਵੇਂ ਡਿਜ਼ਾਇਨ ਆਏ ਜਾਂਦੇ ਉਹ ਤੁਹਾਨੂੰ ਦੱਸ ਦਿੱਤਾ ਜਾਂਦਾ ਅਤੇ ਉਸ ਤੋਂ ਤੁਸੀਂ ਆਪਣਾ ਜਿਹੜਾ ਕਿ ਪਸੰਦੀਦਾ ਔਡਰ ਵੀ ਕਰ ਸਕਦੇ ਹੈਗੇ ਆ ਜਿਹੜੇ ਤੁਸੀਂ ਬਾਹਰਲੇ ਮੁਲਕਾਂ ਵਿੱਚ ਬੈਠੇ ਹੋ ਭਾਵੇਂ ਕਿਸੇ ਮੁਲਕ ਵਿੱਚ ਵੀ ਬੈਠੇ ਹੋ ਚਾਹੇ ਸਾਡਾ ਇੱਥੇ ਵਿੰਟਰ ਸੀਨ ਹੈਗਾ ਚਾਹੇ ਸਮਰ ਹੈਗਾ ਤੁਸੀਂ ਇੱਥੋਂ ਸ਼ੋਪਿੰਗ ਕਰਨਾ ਚਾਹੁੰਦੇ ਹੋ ਸਕਰੀਨ 'ਤੇ ਨੰਬਰ ਆ ਰਹੇ ਨੇ ਨੰਬਰਾਂ 'ਤੇ ਫੋਨ ਕਰੋ ਇਹਨਾਂ ਕੋਲ ਕਾਫੀ ਵੱਡੀ ਟੀਮ ਹੈਗੀ ਆ ਤੁਹਾਨੂੰ ਔਨਲਾਈਨ ਸ਼ੋਪਿੰਗ ਕਰਵਾ ਸਕਦੇ ਇਹ ਤੁਸੀਂ ਔਨਲਾਈਨ ਵੀਡੀਓ ਕਾਲ ਕਰਕੇ ਇੱਥੋਂ ਸਾਰੇ ਮਾਡਲ ਕੋਈ ਵੀ ਜਿਹੜਾ ਹੈਗਾ ਕੱਪੜੇ ਦਾ ਤੁਸੀਂ ਉਹ ਸਿਲੈਕਟ ਕਰ ਸਕਦੇ ਹੋ ਅਤੇ ਤੁਹਾਨੂੰ ਕੋਰੀਅਰ ਵੀ ਕਰ ਦੇਣਗੇ ਭਾਅ ਜੀ ਕੋਰੀਅਰ ਕਿੰਨੇ ਕੁ ਟਾਈਮ 'ਚ ਭੇਜ ਦਿੰਦੇ ਹੋ ਤੁਸੀਂ ਜਿੱਦਾਂ ਬਾਈ ਅੱਜ ਔਡਰ ਆਇਆ ਅਤੇ ਅੱਜ ਹੀ ਤੁਹਾਨੂੰ ਡਿਸਪੈਚ ਕਰ ਦਾਂਗੇ ਆਪਾਂ ਮਤਲਬ ਕਿ ਜੇ ਫੋਰ ਐਗਜ਼ਾਮ ਮਤਲਬ ਕਿ ਜੇ ਤੁਸੀਂ 3-4 ਵਜੇ ਤੱਕ ਵੀ ਔਡਰ ਕਰਦੇ ਨੇ ਵਾਦੇ ਦਿਨ ਤਾਂ ਅੱਜ ਹੀ ਦਿਨ ਡਿਸਪੈਚ ਹੋ ਜੂਗਾ ਸੋ ਤੁਹਾਨੂੰ ਸਾਰੀਆਂ ਫੈਸਿਲਿਟੀ ਆਪਾਂ ਹੁਣ ਉੱਧਰਲੇ ਸੈਕਸ਼ਨ ਦੇ ਵਿੱਚ ਜਾਂਦੇ ਹਾਂ ਅਤੇ ਦੇਖਦੇ ਹਾਂ ਟੀ ਸ਼ਰਟਸ ਜੀਨਸ ਅਤੇ ਹੋਰ ਕਿਹੜੀ ਕਿਹੜੀ ਵਰਾਇਟੀ ਆਈ ਆ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਹੋਰ ਨਵੀਂ ਵਰਾਇਟੀ ਜਿਹੜੇ ਸ਼ੌਕੀਨ ਮੁੰਡੇ ਜਿਨ੍ਹਾਂ ਨੂੰ ਵੀ ਇਹ ਆਈਟਮਸ ਪਸੰਦ ਆਉਂਦੀਆਂ ਹੈਗੀਆਂ ਤੁਸੀਂ ਇਸ ਨੂੰ ਜਿਹੜਾ ਕਿ ਸਕਰੀਨਸ਼ਾਟ ਲੈ ਕੇ ਜਿਹੜੇ ਸਕਰੀਨ 'ਤੇ ਨੰਬਰ ਤੁਹਾਡੇ 'ਤੇ ਆ ਰਹੇ ਵਟਸਐਪ ਤੁਸੀਂ ਕਰ ਸਕਦੇ ਹੋ ਤੁਹਾਡੇ ਲਈ ਇਹ ਰੱਖ ਲੈਣਗੇ ਤੁਹਾਨੂੂੰ ਕੋਰੀਅਰ ਵੀ ਭੇਜ ਸਕਦੇ ਹੈਗੇ ਸੋ ਪਹਿਲਾਂ ਤੁਹਾਨੂੰ ਅਸੀਂ ਦਿਖਾਈਆਂ ਸੀ ਜਿਹੜੀਆਂ ਇੰਪੋਰਟਡ ਸ਼ਰਟਾਂ ਹੈਗੀਆਂ ਸ਼ੌਕੀਨ ਮੁੰਡੇ ਬਹੁਤ ਪਸੰਦ ਕਰਦੇ ਆ ਪਰ ਇੱਥੇ ਬਾਈ ਜੀ ਹੋਣੀ ਦੱਸਿਆ ਸੀ ਇਹਨਾਂ ਕੋਲ ਟੀ ਸ਼ਰਟਸ ਵੀ ਆਈਆਂ ਹੋਈਆਂ ਆ ਪਰ ਜੀ ਟੀ ਸ਼ਰਟ ਦੇ ਵਿੱਚ ਵੀ ਦਿਖਾ ਦਿਓ ਕਿਉਂਕਿ ਕਾਫੀ ਫੇਮਸ ਹੈਗਾ BMS ਫੈਸ਼ਨ ਉਹ ਕਹਿੰਦੇ ਆ ਵੀ ਜਿਹੜੀ ਚੀਜ਼ ਤੁਸੀਂ ਦਿਖਾ ਦਿੰਦੇ ਆ ਅਤੇ ਉਹ ਭੱਜੇ ਆਉਂਦੇ ਲੋਕ ਹਨਾ ਦੂਰੋਂ ਦੂਰੋਂ ਆਉਂਦੇ ਆ ਪਰ ਸਾਨੂੰ ਉਹ ਦਿਖਾਇਓ ਜਿਹੜੀ ਤੁਹਾਡੇ ਕੋਲ ਵਰਾਇਟੀ ਵੀ ਜ਼ਿਆਦਾ ਹੋਵੇ ਕੁਆਂਟੀਟੀ ਵੀ ਕਾਫੀ ਹੋਵੇ ਸਾਡੇ ਕੋਲ ਇੱਕ ਇੰਪੋਰਟੈਂਟ ਵੀ ਟੀ ਸ਼ਰਟ ਆ ਪਹੁੰਚੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆਪਾਂ ਆਹ ਦੇਖੋ ਜੀ ਆਹ ਦੇਖੋ ਜੀ ਆਹ ਟੀ ਸ਼ਰਟ ਹੈ ਅੱਗੇ ਹਲਕਾ ਦੇ ਡਿਜ਼ਾਈਨ ਹੈ ਅਤੇ ਪਿੱਛੇ ਪੂਰੀ ਪ੍ਰਿੰਟਿੰਗ ਹੈ ਆਹ ਇਹ ਵੀ ਪੂਰੀ ਇੰਪੋਰਟੈਂਟ ਜੀ ਅਤੇ ਵਧੀਆ ਆਰਟੀਕਲ ਸੋਹਣਾ ਆਰਟੀਕਲ ਇਹ ਨਹੀਂ ਕਿ ਪਹਿਲੇ ਧੋ ਕੇ ਹੋਏ ਨਾ ਵਧੀਆ ਜੀ ਪ੍ਰਿੰਟਿੰਗ ਹੈ ਇੱਕ ਸਾਡੇ ਕੋਲ ਆ ਕੈਪ ਵਿੱਚ ਵੀ ਆ ਪਹੁੰਚੀ ਇੱਕ ਟੀ ਸ਼ਰਟ ਅੱਗੇ ਉਹ ਵੀ ਡਿਜ਼ਾਈਨਿੰਗ ਹੈ ਅਤੇ ਪੂਰੀ ਪਿੱਛੋਂ ਵੀ ਇਹਦੀ ਪੂਰੀ ਡਿਜ਼ਾਈਨਿੰਗ ਹੈ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਜਦੋਂ ਅੱਜ ਤੋਂ ਸਾਲ 2 ਸਾਲ ਜਾਂ 5 ਸਾਲ ਪਹਿਲਾਂ ਦੀ ਗੱਲ ਕਰ ਲਈਏ ਪਿੰਡਾਂ ਦੇ ਵਿੱਚ ਬਲੈਤੀਏ ਜਾਂ ਕਨੇਡਾ ਅਮਰੀਕਾ ਤੋਂ ਕੋਈ ਆਉਂਦਾ ਸੀ ਉਹਨਾਂ ਦੇ ਇਹ ਪਾਈਆਂ ਹੁੰਦੀਆਂ ਸੀ ਪਰ ਹੁਣ BMS ਫੈਸ਼ਨ ਨੇ ਇਦਾਂ ਦੇ ਕੰਮ ਕਰ ਦਿੱਤੇ ਆ ਵੀ ਤੁਹਾਨੂੰ ਬਾਹਰਲੇ ਮੁਲਕਾਂ 'ਚ ਝਾਕਣ ਦੀ ਲੋੜ ਨਹੀਂ ਚੁੱਪ ਕਰਕੇ ਤੁਸੀਂ ਜਲੰਧਰ BMS ਫੈਸ਼ਨ ਸਟੋਰ 'ਤੇ ਆਉਣਾ ਤੁਹਾਡੀਆਂ ਸਾਰੀਆਂ ਰੀਝਾਂ ਇਹਨਾਂ ਨੇ ਪੂਰੀਆਂ ਕਰਨੀਆਂ ਆਹ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਬ੍ਰਾਂਡ ਦਿਖਾ ਰਹੇ ਆ ਜਿਹੜੀ ਟੀ ਸ਼ਰਟ ਦਿਖਾ ਰਹੇ ਆ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀਆਂ ਇਹ ਵੀ ਤੁਹਾਨੂੰ ਦਾਅਵੇ ਕਰ ਰਹੇ ਹਾਂ ਤੁਹਾਨੂੰ ਹੋਰ ਵੀ ਆ ਰੰਗ ਬਰੰਗੀਆਂ ਦਿਖਾ ਰਹੇ ਹੈਗੇ ਇਹਦੇ ਵਿੱਚ ਕਾਫੀ ਡਿਜ਼ਾਈਨ ਵੱਖੋ ਵੱਖਰੇ ਹੈਗੇ ਆ ਕਾਫੀ ਟੀ ਸ਼ਰਟ ਹੈ ਜੀ ਇਹਦੇ ਵੀ ਪੂਰੀ ਪੂਰੀ ਪ੍ਰਿੰਟਿੰਗ ਹੈ ਵਾਈਟ ਕਲਰ 'ਚ ਹੈ ਪੂਰੀ ਪ੍ਰਿੰਟਿੰਗ ਹੈ ਇਹਦੇ 'ਤੇ ਵੀ ਠੀਕ ਆ ਦੇਖੋ ਜੀ ਅਭੀ ਸੇਮ ਬਲੈਕ ਕਲਰ 'ਚ ਪਿੱਛੇ ਪੂਰੀ ਪ੍ਰਿੰਟਿੰਗ ਹੈ ਆਹ ਦੇਖੋ ਜੀ ਟੀ ਸ਼ਰਟ ਹੈ ਆਹ ਵੀ ਉਸ ਵਿੱਚ ਵੀ ਇੱਕ ਨਵਾਂ ਡਿਜ਼ਾਈਨ ਹੈ ਅਤੇ ਆਹ ਪੂਰੀ ਬੈਕ ਪ੍ਰਿੰਟਿੰਗ ਹੈ ਆਹ ਫਰੰਟ ਪ੍ਰਿੰਟਿੰਗ ਹੈ ਕਿਉਂਕਿ ਜੋ ਆਰਟੀਕਲ ਤੁਹਾਨੂੰ ਦਿਖਾ ਰਹੇ ਕਿੱਥੋਂ ਨਹੀਂ ਮਿਲਣੇ ਮਿਲਣੇ ਸਿਰਫ ਤੁਹਾਨੂੰ ਸਿਰਫ BMS ਫੈਸ਼ਨ ਤੋਂ ਤਾਂ ਹੀ ਸਾਡੇ ਕੋਲ ਦੂਰੋਂ ਕਸਟਮਰ ਆਉਂਦੇ ਕਿਉਂਕਿ ਆਰਟੀਕਲ ਹੀ ਅਲੱਗ ਹੈ ਅਤੇ ਵਧੀਆ ਆਰਟੀਕਲ ਹੈ ਆਹ ਦੇਖੋ ਜੀ ਆਹ ਫਰੰਟ 'ਚ ਹਲਕਾ ਜਿਹਾ ਲਿਖਿਆ ਪ੍ਰਿੰਟ ਨਾਲ ਅਤੇ ਪਿੱਛੇ ਬੈਕ ਪੂਰੀ ਪ੍ਰਿੰਟਿੰਗ ਹੈ ਪੂਰੀ ਪ੍ਰਿੰਟਿੰਗ ਇਸ ਵਿੱਚ ਜਿਵੇਂ ਦੂਰੋਂ ਦੂਰੋਂ ਤੁਹਾਡੇ ਕੋਲ ਕਸਟਮਰ ਆਉਂਦੇ ਹੈ ਨਾ ਜਦੋਂ ਆਉਂਦੇ ਹੈਗੇ ਆ ਕਿੰਨੀ ਕੁ ਸ਼ੋਪਿੰਗ ਕਰਕੇ ਜਾਂਦੇ ਕੀ ਲੈ ਕੇ ਜਾਂਦੇ ਖਰੀਦਦੇ ਹੈਗੇ ਆ ਸਿੰਗਲ ਟੀ ਸ਼ਰਟ ਸਿੰਗਲ ਜੀਨ ਇੱਦਾਂ ਆ ਜਾਂ ਫਿਰ ਝੋਲੇ ਭਰ ਭਰ ਕੇ ਜਾਂਦੇ ਬੈਗ ਵੱਡੇ ਬਣ ਬਣ ਕੇ ਜਾਂਦੇ ਆ ਉਹ ਸਾਡੇ ਕੋਲ ਕਸਟਮਰ ਆਉਂਦਾ ਦੂਰੋਂ ਜਿਹੜੇ ਕਸਟਮਰ ਆ ਉਹਨਾਂ ਨੂੰ ਸਿੰਗਲ ਪੀਸ ਤਾਂ ਲੈ ਕੇ ਨਹੀਂ ਜਾਣਾ ਜੇ ਕਸਟਮਰ ਆ ਰਹੇ ਉਹਨੇ ਆਰਟੀਕਲ ਕਾਫੀ ਲੈ ਕੇ ਹੀ ਜਾਣੇ ਆ ਮਤਲਬ ਕਿ 10-12 ਪੀਸ ਤਾਂ ਉਹ ਮਤਲਬ ਕਿ ਘੱਟ ਤੋਂ ਘੱਟ ਲੈ ਕੇ ਹੀ ਜਾ ਉਸ ਤੋਂ ਜ਼ਿਆਦਾ ਤਾਂ ਫਿਰ ਉਹਨਾਂ ਦੀ ਇੱਛਾ ਜਿੰਨੇ ਲੈ ਕੇ ਜਾਓਗੇ ਜਿਹੜੇ ਤੁਸੀਂ ਉਹ ਪਾਰਸਲ ਵੀ ਰੱਖੇ ਹੋਏ ਆ ਜਿਹੜੇ ਬਾਹਰ ਕੋਰੀਅਰ ਭੇਜਦੇ ਹੋ ਉਹ ਵੀ ਇਸੇ ਤਰ੍ਹਾਂ ਬਣ ਬਣ ਜਾਂਦੇ ਵੱਡੇ ਵੱਡੇ ਪਾਰਸਲ ਹਾਂਜੀ ਉਹ ਵੀ ਆਪਣੇ ਇਸ ਤਰ੍ਹਾਂ ਹੀ ਜਾਂਦੇ ਆ ਜਿਹੜੇ ਆਪਣੇ ਇੰਡੀਆ ਵਾਲੇ ਆਪਣੇ ਅਲੱਗ ਜਾਂਦੇ ਬਾਹਰ ਵਾਲੇ ਆਪਣੇ ਹੈ ਅਲੱਗ ਅਤੇ ਉਹ ਵੀ ਮਤਲਬ ਕਿ ਜਿਹੜੇ ਬਾਹਰੋਂ ਆਰਡਰ ਆਉਂਦੇ ਆ ਉਹ ਵੀ ਘੱਟ ਤੋਂ ਘੱਟ 12-15 ਪੀਸ ਤਾਂ ਘੱਟ ਤੋਂ ਘੱਟ ਉਹ ਵੀ ਮੰਗਵਾਉਂਦੇ ਹੀ ਆ ਸੋ ਭਾਅ ਜੀ ਇਹ ਕਾਫੀ ਵਧੀਆ ਤੁਸੀਂ ਨਾ ਟੀ ਸ਼ਰਟ ਦਿਖਾਈਆਂ ਮੈਨੂੰ ਤੁਸੀਂ ਜਰਸੀਆਂ ਵੀ ਦਿਖਾ ਦਿਓ ਕਈ ਜਿਹੜੇ ਸਪੋਰਟਸਮੈਨ ਹੈਗੇ ਆ ਮੁੰਡੇ ਉਹ ਕਾਫੀ ਪਸੰਦ ਕਰਦੇ ਹੈਗੇ ਜਾਂ ਜਿਵੇਂ ਕਿਉਂਕਿ ਮਾਡਲ ਵਗੈਰਾ ਵੀ ਇਹ ਪਾਉਂਦੇ ਹਨਾ ਉਹਨਾਂ ਨੂੰ ਫੋਲੋ ਕਰਦੇ ਆ ਉਹਦੇ ਵਿੱਚ ਵੀ ਕੋਈ ਵੱਖਰੇ ਡਿਜ਼ਾਈਨ ਕੋਈ ਨਵੀਂ ਵਰਾਇਟੀ ਆਈ ਤੁਹਾਡੇ ਕੋਲ ਉਸ ਵਿੱਚ ਵੀ ਸਾਡੇ ਕੋਲ ਨਵੇਂ ਆਰਟੀਕਲ ਆ ਪਹੁੰਚਿਆ ਦੇਖੋ ਜੀ ਆ ਜਰਸੀ ਵਿੱਚ ਆਰਟੀਕਲ ਆ ਕੇ ਸਾਡੇ ਕੋਲ ਕਾਫੀ ਸੋਹਣਾ ਕਲਰ ਹੈ ਅਤੇ ਇਹਦੇ ਬੈਕ 'ਚ ਵੀ ਪੂਰਾ ਨੇਮ ਪਲੇਅਰ ਦਾ ਲਿਖਿਆ ਹੋਇਆ ਸੋਹਣਾ ਆਰਟੀਕਲ ਆ ਮੈਟੀ ਵਿੱਚ ਸਟੱਫ ਹੈ ਕੋਟਨ ਵਿੱਚ ਨਹੀਂ ਮੈਟੀ 'ਚ ਸਟੱਫ ਹੈ ਵਧੀਆ ਆਰਟੀਕਲ ਆ ਦੇਖੋ ਜੀ ਅਲੱਗ ਕਲਰ ਇੱਕ ਗ੍ਰੀਨ ਕਲਰ ਅਤੇ ਪਿੱਛੇ ਵੀ ਬੈਕ ਪ੍ਰਿੰਟਿੰਗ ਬੈਕ ਪਲੇਅਰ ਦਾ ਨੇਮ ਇਹ ਵੀ ਸੇਮ ਮੈਟੀ
सो बाकी तुसी भी हैरान होंदे होणे क्योंकि जिहड़ी वैरायटी सानूं असीं दिखा रहे हैं चाहे शर्ट्स दिखाईआं टी शर्ट जर्सी दिखाईआं ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਆ ਬੀ ਐਮ ਐਸ ਫੈਸ਼ਨ ਤੋਂ ਨਵੀਂ ਵਰਾਇਟੀ ਤੁਸੀਂ ਲੈਣੀ ਚਾਹੁੰਦੇ ਆ ਅਤੇ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਆਓ ਸਕਰੀਨ 'ਤੇ ਨੰਬਰ ਆ ਰਹੇ ਆ ਤੁਹਾਨੂੰ ਐਡਰੈਸ ਨਹੀਂ ਸਮਝ ਲਾ ਤਾਂ ਵੀ ਫੋਨ ਕਰ ਸਕਦੇ ਜੇਕਰ ਤੁਸੀਂ ਔਨਲਾਈਨ ਸ਼ੋਪਿੰਗ ਕਰਨੀ ਚਾਹੁੰਦੇ ਹੋ ਤਾਂ ਵੀ ਇਹਨਾਂ ਨੰਬਰਾਂ 'ਤੇ ਤੁਸੀਂ ਫੋਨ ਕਰ ਸਕਦੇ ਹੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜੀਨ ਦੇ ਵਿੱਚ ਜਿਹੜੀਆਂ ਪੈਂਟਾਂ ਹੈਗੀਆਂ ਕੱਟੀਆਂ ਫੱਟੀਆਂ ਚਾਹੇ ਸਟ੍ਰੇਟ ਦੇ ਵਿੱਚ ਹੈਗਾ ਬੂਟ ਕੱਟ ਹੈਗਾ ਭਾਅ ਜੀ ਹੋਰ ਕਿਹੜੀ ਕਿਹੜੀ ਇਹਦੇ ਵਿੱਚ ਵਰਾਇਟੀ ਆ ਜਾਂਦੀ ਆ ਸਰ ਇੱਕ ਤਾਂ ਟੀਆਰ ਪੱਲੇ ਆ ਜਾਂਦੀ ਹੈ ਟੀਆਰ ਵਿੱਚ ਇਹ ਬੈਲ ਬੋਟਮ ਹੈ ਪੈਂਟ ਠੀਕ ਹੈ ਇਹਦਾ ਵੀ ਫੈਸ਼ਨ ਹਲੇ ਕਾਫੀ ਚੱਲ ਰਿਹਾ ਹੈ ਬੈਲ ਬੋਟਮ ਹੈਗੀ ਆ ਦੇਖੋ ਥੱਲੇ ਉਹ ਪੌਂਚਾ ਖੁੱਲਾ ਪੂਰਾ ਉੱਪਰੋਂ ਥੋੜ੍ਹੀ ਟਾਈਟ ਹੈ ਅਤੇ ਪੌਂਚਾ ਖੁੱਲਾ ਅਤੇ ਪਿੱਛੋਂ ਇਹਦੇ ਬਟਨ ਸਟਾਈਲ ਹੈ ਆਹ ਦੇਖੋ ਬਹੁਤ ਹੀ ਵਧੀਆ ਆਰਟੀਕਲ ਇੱਕ ਟੀ ਆਰ ਵਿੱਚ ਇੱਕ ਹੋਰ ਆਰਟੀਕਲ ਆਹ ਦੇਖੋ ਜੀ ਆਹ ਦੇਖੋ ਪਿੱਛੋਂ ਇਹਦੇ ਵੀ ਮਤਲਬ ਕਿ ਆਪਣਾ ਬਟਨ ਸਟਾਈਲ ਹੈ ਪਿੱਛੇ ਬਟਨ ਹੈ ਅਤੇ ਆਹ ਇੱਕ ਆਹ ਦੇਖੋ ਜੀ ਆਰਟੀਕਲ ਹੈ ਟੀ ਆਰ ਦਾ ਆਹ ਵੀ ਦੇਖੋ ਆਪਣਾ ਬਲੂ ਕਲਰ 'ਚ ਟੀ ਆਰ ਦੀ ਕਾਫੀ ਇਹਦਾ ਵੀ ਕਰੇਜ਼ ਹੈ ਟੀ ਆਰ ਦੀ ਜੀਨਸ ਦਾ ਵੀ ਕਰੇਜ਼ ਹੈ ਕਾਫੀ ਦੇਖੋ ਜੀ ਇੱਕ ਆਹ ਕਲਰ ਬੈਗ ਸੇਮ ਹੀ ਅਤੇ ਕਲਰ ਅਤੇ ਆਹ ਦੇਖੋ ਹੁਣ ਆ ਜਾਂਦੀ ਲਵਾਈਸ 'ਚ ਆਪਣੀ ਜੀਨ ਲਵਾਈਸ 'ਚ ਸਟਰੇਟ ਆਹ ਦੇਖੋ ਪਿੱਛੇ ਇਹਦੀ ਬੈਗ ਦੀ ਇੱਕ ਆਹ ਦੇਖੋ ਟੋਮੀ ਦਾ ਟੋਮੀ ਦਾ ਬਹੁਤ ਅੱਜ ਕੱਲ੍ਹ ਫੈਸ਼ਨ ਚੱਲ ਰਿਹਾ ਅਤੇ ਟੋਮੀ ਵਿੱਚ ਵੀ ਸਾਡੇ ਕੋਲ ਜੀਨ ਆ ਪਹੁੰਚੀ ਆਹ ਦੇਖੋ ਜੀ ਆਹ ਪੂਰੀ ਸਟੇਟ ਹੈ ਅਤੇ ਇਸ ਸਾਈਡ ਤੋਂ ਆਹ ਦੇਖੋ ਪੋਕਿਟ ਹੈ ਇਹਦੀ ਪੂਰੀ ਕਟਫਟ ਦਾ ਬਹੁਤ ਕਹਿ ਰਹੇ ਸੀ ਕਰੇਜ਼ ਦਾ ਕਟਫਟ 'ਚ ਵੀ ਸਾਡੇ ਕੋਲ ਆਪਣੀ ਸਟੇਟ 'ਚ ਪੈਂਟ ਆ ਪਹੁੰਚੀ ਹੈ ਕਟਫਟ ਸਟੇਟ 'ਚ ਇੱਕ ਪੂਰੀ ਸਟੇਟ ਹੈ ਅਤੇ ਕਟਿੰਗ ਹੈ ਜੈਨੂਅਨ ਕਟਿੰਗ ਹੈ ਇਹ ਨਹੀਂ ਪੂਰੇ ਜ਼ਿਆਦਾ ਹੈਗਾ ਜੈਨੂਅਨ ਕਟਿੰਗ ਹੈ ਇਹਨੂੰ ਕੋਈ ਵੀ ਆਮ ਵੀ ਬੰਦਾ ਪਾ ਸਕਦਾ ਕੋਈ ਚੱਕਰ ਨਹੀਂ ਹੈ ਸਾਡੇ ਕੋਲ ਟੀ ਆਰ 'ਚ ਕਟਿੰਗ ਅਤੇ ਪਲੱਸ ਸਟੇਟ ਪੈਂਟ ਵੀ ਆ ਪਹੁੰਚੀ ਆ ਦੇਖੋ ਜੀ ਪਿੱਛੋਂ ਵੀ ਕਟਿੰਗ 'ਚ ਸਟੇਟ ਹੈ ਅਤੇ ਪਿੱਛੇ ਵੀ ਹਲਕੀ ਜਿਹੀ ਡਿਜ਼ਾਇਨਿੰਗ ਹੈ ਕਟਿੰਗ ਜੇਬ 'ਚ ਕਾਫੀ ਬ੍ਰਾਂਡ ਦਿਖਾ ਦਿੱਤੇ ਹੈਗੇ ਕੋਈ ਲੋਅਰ ਵੀ ਦਿਖਾ ਦਿਓ ਜਿਹੜੇ ਵਿੱਚ ਬ੍ਰਾਂਡਡ ਹੋਣ ਨਾਇਕ ਐਡੀਡਾਸ ਜਾਂ ਹੋਰ ਜਿਹੜੇ ਵੀ ਤੁਹਾਡੇ ਕੋਲ ਇਸ ਵੇਲੇ ਅਵੇਲੇਬਲ ਹੈ ਕਿਉਂਕਿ ਗਰਮੀਆਂ ਦਾ ਮੌਸਮ ਹੈਗਾ ਜਾਂ ਹਰ ਕੋਈ ਬੰਦਾ ਗਰਮੀ ਤੋਂ ਬਚਣ ਲਈ ਜਾਂ ਡੇਲੀ ਵੇਅਰ ਦੇ ਲਈ ਜਾਂ ਘਰ ਦੇ ਵਿੱਚ ਜਾਂ ਐਕਸਰਸਾਈਜ਼ ਕਰਨਾ ਉੱਥੇ ਰੀਯੂਜ਼ ਕਰ ਸਕਦੇ ਹੋ ਤੁਹਾਨੂੰ ਐਡੀਡਾਸ ਦਾ ਪਹਿਲੇ ਲੋਅਰ ਜੋ ਸਦਾਬਹਾਰ ਬ੍ਰਾਂਡ ਹੈ ਸਪੋਰਟਸ ਵੇਅਰ ਵਿੱਚ ਲੋਅਰ ਵਿੱਚ ਸ਼ੋਰਟਸ ਵਿੱਚ ਉਹਦੇ ਵਿੱਚ ਵੀ ਸਾਡੇ ਕੋਲ ਲੋਅਰ ਆ ਦੇਖੋ ਜੀ ਸਟਰੇਟ ਵਿੱਚ ਲੋਅਰ ਹੈ ਐਡੀਡਾਸ ਦਾ ਅਤੇ ਵਿੰਡਸ਼ੀਟਰ ਕੱਪੜਾ ਇਹਦਾ ਠੀਕ ਹੈ ਆਹ ਦੇਖੋ ਆਹ ਸਾਡੇ ਕੋਲ ਨਾਈਕ ਜੋਰਡਨ ਦਾ ਲੋਅਰ ਵਾਈਟ ਕਲਰ ਵਿੱਚ ਇਹਦੀ ਵੀ ਬਹੁਤ ਕਾਫੀ ਡਿਮਾਂਡ ਆ ਵਾਈਟ ਕਲਰ ਦੀ ਬਹੁਤ ਕਸਟਮਰ ਮੰਗਦੇ ਆ ਇਸ ਵਿੱਚ ਵੀ ਨਾਈਕ ਦਾ ਪੋਕਿਟ ਵਾਲਾ ਇਹ ਪੋਕਿਟ ਆਪਣਾ ਲੋਅਰ ਹੈ ਬਲੂ ਕਲਰ ਵਿੱਚ ਸਟੇਟ ਹੈ ਇੱਕਦਮ ਇਵਨ ਸ਼ੀਟਰ ਕੱਪੜਾ ਹੈ ਅਤੇ ਅੰਦਰ ਨੈਟਿੰਗ ਵੀ ਪੂਰੀ ਹੈ ਅਤੇ ਸੇਮ ਹੀ ਵਿੱਚ ਐਡੀਡਾਸ ਦਾ ਲੋਅਰ ਅੰਦਰ ਨੈਟਿੰਗ ਅਤੇ ਪੋਕਿਟਸ ਆ ਪੂਰੀਆਂ ਇਹਦੇ ਵਿੱਚ ਸਾਈਜ਼ ਮਿਲ ਜੂਗਾ ਭਾਈ ਸਾਰੇ ਹੈ ਨਾ ਐਮ ਟੂ ਡਬਲ ਐਕਸਲ ਤੁਹਾਨੂੰ ਸਾਰੇ ਸਾਈਜ਼ ਮਿਲ ਜੂਗੇ ਆਹ ਦੇਖੋ ਨਵਾਂ ਆਰਟੀਕਲ ਆਇਆ ਲੋਅਰ ਅਤੇ ਮਤਲਬ ਕਿ ਨੀਚੇ ਹਲਕੀ ਉਹ ਬ੍ਰਾਂਡ ਦੀ ਪ੍ਰਿੰਟਿੰਗ ਹੈ ਅਤੇ ਇਹਦੇ ਵਿੱਚ ਵੀ ਕਲਰ ਤੁਹਾਨੂੰ ਅਤੇ ਸਾਈਜ਼ ਸਾਰੇ ਤੁਹਾਨੂੰ ਮਿਲ ਜੂਗੇ ਆਹ ਦੇਖੋ ਲੋਅਰ ਮੈਂ ਜਿੱਦਾਂ ਤੁਸੀਂ ਕਹੋਗੇ ਆਪਾਂ ਖੋਲਦੇ ਰਹਾਂਗੇ ਜਿੱਦਾਂ ਵਰਾਇਟੀ ਕਾਫੀ ਆ ਲੋਅਰਾਂ ਦੀ ਸਾਡੇ ਕੋਲ ਅਤੇ ਜਿੰਨੀ ਤੁਸੀਂ ਕਹੋਗੇ ਜਿਹੜਾ ਬ੍ਰਾਂਡ ਕਹੋਗੇ ਆਪਾਂ ਖੋਲ ਦਾਂਗੇ ਕਾਫੀ ਲੋਅਰ ਦੇ ਅਲੱਗ ਅਲੱਗ ਡਿਜ਼ਾਇਨਿੰਗ ਜੋ ਤੁਹਾਨੂੰ ਮੈਂ ਦਿਖਾ ਵੀ ਰਿਹਾ ਅਤੇ ਤੁਹਾਨੂੰ ਸ਼ੋਪ ਤੋਂ ਹੀ ਮਿਲ ਜਾਊਗੀ ਅਲੱਗ ਅਲੱਗ ਡਿਜ਼ਾਇਨਿੰਗ ਸਾਰੀ ਲੋਅਰ ਦੀ ਆਈਡਾਸ ਦਾ ਲੋਅਰ ਆਹ ਦੇਖੋ ਜੀ ਉਹਦੇ ਵਿੱਚ ਕਲਰ ਇੱਕ ਗ੍ਰੀਨ ਕਲਰ ਦੇਖੋ ਇੱਕ ਹੋਰ ਆਰਟੀਕਲ ਜਿੰਨੇ ਵੀ ਤੁਹਾਨੂੰ ਮੈਂ ਦਿਖਾ ਰਿਹਾ ਆਰਟੀਕਲ ਸਾਰੇ ਅਲੱਗ ਅਲੱਗ ਆਰਟੀਕਲ ਹੈ ਅਤੇ ਉਹਨਾਂ ਦੇ ਹਰ ਇੱਕ ਇੱਕ ਕਲਰ ਤੁਹਾਨੂੰ ਦਿਖਾ ਰਿਹਾ ਮੈਂ ਅਤੇ ਇਸ ਵਿੱਚ ਕਲਰ ਵੀ ਤੁਹਾਨੂੰ ਮਿਲ ਜਾਊਗਾ ਲੋਅਰ ਵੀ ਚਲੋ ਦਿਖਾਏ ਤੁਸੀਂ ਮੈਨੂੰ ਨਿੱਕਰਾ ਵੀ ਦਿਖਾ ਦਿਓ ਤਾਂ ਜੋ ਕਿ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਜਸਟ ਆਈਡੀਆ ਹੋ ਜਾਓ ਅਸੀਂ ਤੁਹਾਨੂੰ ਜਸਟ ਥੋੜ੍ਹੇ ਥੋੜ੍ਹੇ ਆਈਡੀਆ ਦੇ ਰਹੇ ਹਾਂ ਤੁਹਾਨੂੂੰ ਇੱਥੇ ਇਹ ਨਹੀਂ ਵੀ ਜਿੰਨਾ ਕੁ ਤੁਹਾਨੂੰ ਅਸੀਂ ਵਰਾਇਟੀ ਦਿਖਾਈ ਹੈ ਇਹ ਹੈਗਾ ਇਹਦੇ ਨਾਲ ਦੀਆਂ ਭਾਵੇਂ ਤੁਸੀਂ 100-100 ਡਿਜ਼ਾਇਨ 100-100 ਪੀਸ ਹੋਰ ਵੱਖੋ ਵੱਖਰੇ ਵੀ ਲੈ ਸਕਦੇ ਹੈਗੇ ਕਿਉਂਕਿ ਵੀਡੀਓ ਦੇ ਵਿੱਚ ਟਾਈਮ ਨਹੀਂ ਹੁੰਦਾ ਐਡੀ ਵੱਡੀ ਤੁਹਾਨੂੰ ਦਿਖਾ ਦਈਏ ਪਰ ਹਰ ਤਰ੍ਹਾਂ ਦੇ ਤੁਹਾਨੂੰ ਜਸਟ ਸਿੰਪਲ ਤੁਹਾਨੂੰ ਆਈਡੀਆਜ਼ ਦੇ ਰਹੇ ਹਾਂ ਇਹ ਸਾਰੀ ਵਰਾਇਟੀ ਤੁਹਾਨੂੰ ਇੱਥੇ ਇੱਕੋ ਹੀ ਛੱਤ ਥੱਲੇ ਮਿਲ ਜਾਣੀ ਹੈ ਵੱਡੇ ਬ੍ਰਾਂਡ ਹੈਗੇ ਹਰ ਤਰ੍ਹਾਂ ਦੀ ਵਰਾਇਟੀ ਇੱਥੋਂ ਮਿਲਦੀ ਹੈਗੀ ਆ ਅਸੈਸਰੀ ਵੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜੀ ਕਿਹੜੀ ਹੈਗੀ ਆ ਪਰ ਉਸ ਤੋਂ ਪਹਿਲਾਂ ਆਪਾਂ ਨਿੱਕਰਾਂ ਦੇਖ ਲੈਂਦੇ ਹਾਂ ਇਹਦੇ ਵਿੱਚ ਕਿਹੜੇ ਬ੍ਰਾਂਡ ਹੈਗੇ ਆ ਦੇਖੋ ਸ਼ੋਰਟ ਇਹ ਡਰਾਈ ਫਿਟ ਵਿੱਚ ਸ਼ੋਰਟ ਹੈ ਨਾਈਕੀ ਦਾ ਅਤੇ ਇਹਦੇ ਵਿੱਚ ਵੀ ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਕਲਰ ਤੁਹਾਨੂੰ ਸਭ ਮਿਲ ਜਾਊਗੇ ਕਾ ਨਵਾਂ ਆਰਟੀਕਲ ਨਾਈਕ ਦਾ ਅਲੱਗ ਡਿਜ਼ਾਇਨਿੰਗ ਉਸ ਤੋਂ ਅਲੱਗ ਡਿਜ਼ਾਇਨਿੰਗ ਹੈ ਅਤੇ ਉਸ ਤੋਂ ਵੀ ਅਲੱਗ ਇੱਕ ਉਸ ਵਿੱਚ ਇੱਕ ਉਸ ਵਿੱਚ ਕਲਰ ਮਿਲ ਜਾਊਗਾ ਰੈੱਡ ਕਲਰ ਆ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਅਤੇ ਐਮ ਟੂ ਡਬਲ ਐਕਸਲ ਸਾਈਜ਼ ਹੈ
ਦੇਖੋ ਇੱਕ ਹੋਰ ਕਲਰ ਉਹਦੇ ਵਿੱਚ ਸੇਮ ਵਿੱਚ ਆ ਦੇਖੋ ਇੱਕ ਅਲੱਗ ਡਿਜ਼ਾਈਨਿੰਗ ਕੁਝ ਨਿਕਲ ਅੱਗੇ ਉਹ ਡਿਜ਼ਾਈਨ ਹੈ ਤੇ ਬੈਕ ਸਾਈਡ ਦਾ ਪੂਰਾ ਨੈਟ ਹੈ ਸਪੋਰਟਸ ਵੇਅਰ ਵਿੱਚ ਪੂਰੀ ਫੁੱਲ ਸਪੋਰਟਸ ਵੇਅਰ ਨਿਕਲ ਸ਼ੋਰਟਸ ਆਪਣੇ ਕੋਲ ਆ ਦੇਖੋ ਜੀ ਆ ਵਿੰਡ ਸ਼ੀਟਰ ਵਿੱਚ ਸਾਡੇ ਕੋਲ ਸ਼ੋਰਟਸ ਆਹ ਪੂਰਾ ਲੋਗੋ ਹੈ ਅਤੇ ਆਹ ਲਾਈਨਿੰਗ ਵਿੱਚ ਹੈ ਸਾਡੇ ਕੋਲ ਰਿਬੋਕ ਦੀ ਰਿਬੋਕ ਦਾ ਸ਼ੋਰਟਸ ਇਹਦੇ ਵਿੱਚ ਵੀ ਲਗਭਗ ਸਾਰੇ ਬ੍ਰਾਂਡ ਹੈਗੇ ਆ ਨਾ ਉਹਦੇ ਵਿੱਚ ਵਰਾਇਟੀ ਮਿਲ ਜਾਂਦੀ ਆ ਸਾਡੇ ਕੋਲ ਅਸੈਸਰੀ ਦੇ ਵਿੱਚ ਕੀ ਦਿੰਦੇ ਹੋ ਤੁਸੀਂ ਅਸੈਸਰੀ ਵੀ ਸਾਡੇ ਕੋਲ ਕੈਪ ਹੈ ਵਾਚ ਹੈ ਪਰਫਿਊਮ ਵੀ ਹੈ ਸਾਡੇ ਕੋਲ ਠੀਕ ਹੈ ਬੈਗ ਹੈ ਅਤੇ ਬੈਲਟਸ ਵੀ ਮਿਲ ਜਾਊਗੀ ਸਾਡੇ ਕੋਲ ਉਹ ਜਿਹੜੀ ਕੈਪ ਹੈਗੀ ਆ ਜਾਂ ਤੁਸੀਂ ਵਾਚਸ ਕਹਿੰਦੇ ਹੋ ਜਾਂ ਇਹਦੇ ਵਿੱਚ ਵੀ ਸਾਰੀ ਵਰਾਇਟੀ ਸਾਡੇ ਕੋਲ ਜਾਣੀ ਕਿ ਹਰ ਤਰ੍ਹਾਂ ਦੇ ਬ੍ਰਾਂਡ ਸਾਡੇ ਕੋਲ ਮਿਲ ਜੂਗੇ ਨਾ ਹਾਂਜੀ ਸਭ ਮਿਲ ਜਾਊਗੇ ਪਹਿਲਾਂ ਤੁਹਾਨੂੰ ਕੈਪ ਦਿਖਾਉਂਦੇ ਸਾਡੇ ਕੋਲ ਕੈਪ ਨਵੀਂ ਆ ਪਹੁੰਚੀ ਆ ਦੇਖੋ ਜੀ ਅਲੱਗ ਅਲੱਗ ਮਤਲਬ ਬ੍ਰਾਂਡ ਦੀ ਕੈਪ ਹੈ ਅਲੱਗ 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 ਡਿਜ਼ਾਈਨਿੰਗ ਕੈਪ 'ਚ ਹੈ ਤੁਹਾਨੂੰ ਮਿਲ ਜਾਊਗੀ ਆਹ ਦੇਖੋ ਐਡੀਡਾਸ ਦੀ ਕੈਪ ਗੁੱਚੀ ਦੀ ਕੈਪ ਠੀਕ ਹੈ ਜੀ ਆਹ ਦੇਖੋ ਅਲੱਗ ਅਲੱਗ ਸਾਰੇ ਕਲਰ ਆ ਉਹਦੇ ਵਿੱਚ ਅਤੇ ਕਾਫੀ ਕੈਪ ਸਾਡੇ ਕੋਲ ਨਵੀਂ ਵਰਾਇਟੀ ਆ ਪਹੁੰਚੀ ਹੈ ਜੇਕਰ ਆਪਾਂ ਬੈਲਟ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਕਿਹੜੀ ਕਿਹੜੀ ਵਰਾਇਟੀ ਸਾਡੇ ਕੋਲ ਹੈਗੀ ਆ ਬੈਲਟ ਵਿੱਚ ਵੀ ਅਲੱਗ ਅਲੱਗ ਬ੍ਰਾਂਡ ਸਾਡੇ ਕੋਲ ਪਏ ਹੋਏ ਸਾਡੇ ਕੋਲ ਇਹਦਾ ਗੁੱਚੀ ਦਾ ਹੈ ਆਪਣੇ ਕੋਲ ਸੀਕੇ ਦਾ ਹੈਗਾ ਠੀਕ ਹੈ ਵਰਸਾਚੇ ਬ੍ਰਾਂਡ ਹੈ ਟੀ ਆਰ ਦਾ ਬ੍ਰਾਂਡ ਹੈ ਸਾਰੇ ਇਸ ਵਿੱਚ ਵੀ ਅਲੱਗ ਅਲੱਗ ਤੁਹਾਨੂੰ ਬੈਲਟ ਵਿੱਚ ਵੀ ਮਿਲ ਜਾਊਗੀ ਉਹ ਵੀ ਵਧੀਆ ਵਿੱਚ ਮਿਲੂਗੀ ਇਹ ਨਹੀਂ ਨੋਰਮਲ ਹੈ ਕਿ ਇੱਕ ਵਾਰੀ ਪਾਈ ਤਾਂ ਖਰਾਬ ਹੋ ਗਈ ਇਹ ਨਹੀਂ ਹੈਗੀ ਵਧੀਆ ਮਿਲ ਜਾਊਗੀ ਭਾਅ ਜੀ ਜਿਹੜੇ ਇਹ ਪਰਫਿਊਮ ਹੈਗੇ ਆ ਇਹਦੇ ਵਿੱਚ ਸਾਰਾ ਕੁਛ ਹੈਗਾ ਪਰ ਜਿਹੜੇ ਉਹ ਅਟੈਚੀ ਪਏ ਹੈਗੇ ਅਟੈਚੀਆਂ ਦੇ ਵਿੱਚ ਕੀ ਹੈਗਾ ਜਿਹੜਾ ਹੈਗਾ ਅਟੈਚੀਆਂ ਵਿੱਚ ਕੜੀਆਂ ਹੈਗੀਆਂ ਸਾਡੇ ਕੋਲ ਅਤੇ ਥੋੜ੍ਹਾ ਜਿਹਾ ਦਿਖਾਉਂਗੇ ਕਿੱਦਾਂ ਕਿੱਦਾਂ ਕੀ ਹੈਗੇ ਆ ਆਹ ਦੇਖੋ ਜੀ ਆਹ ਸਾਰੀ ਵਾਚਿਸ ਹੈ ਅਲੱਗ ਅਲੱਗ ਬ੍ਰਾਂਡ ਦੀ ਸਾਰੀ ਵਾਚ ਹੈ ਸਾਡੇ ਕੋਲ ਇੱਦਾਂ ਦੇ 4-5 ਅਟੈਚੀ ਹੈ ਜਿਸ ਵਿੱਚ ਕੜੀਆਂ ਪਈਆਂ ਹੋਈਆਂ ਅਲੱਗ ਅਲੱਗ ਬ੍ਰਾਂਡ ਦੀ ਅਲੱਗ ਅਲੱਗ ਵਾਚਿਸ ਵਧੀਆ ਵਿੱਚ ਵਾਚ ਹੈ ਸਾਰੀਆਂ ਇੰਨੀ ਕਿ ਨੋਰਮਲ 'ਚ ਹੈ ਲਾਸਟ ਟਾਈਮ ਦਿਖਾਇਆ ਸੀਗਾ ਵੀ ਆਈਪੋਡ ਹੈਗੇ ਆ ਤੁਹਾਡੇ ਕੋਲ ਏਅਰਪੋਰਟ ਵੀ ਹੈਗੇ ਆ ਤੁਹਾਡੇ ਕੋਲ ਆਈ ਵਾਚਿਸ ਵੀ ਹੈਗੀਆਂ ਉਹਦੇ ਵਿੱਚ ਵੀ ਹੁਣ ਵੀ ਅਵੇਲੇਬਲ ਹੈਗੀਆਂ ਹਾਂਜੀ ਉਸ ਵਿੱਚ ਵੀ ਸਭ ਕੁਛ ਅਵੇਲੇਬਲ ਹੈ ਏਅਰਪੋਰਟ ਹੈ ਆਈ ਵਾਚਿਸ ਸਭ ਕੁਛ ਅਵੇਲੇਬਲ ਹੈ ਸਾਡੇ ਕੋਲ ਸਾਡੇ ਕੋਲ ਆਹ ਦੇਖੋ ਪਰਫਿਊਮ ਪੇ ਸਾਰੇ ਮਤਲਬ ਕਿ ਵਧੀਆ ਵਿੱਚ ਪਰਫਿਊਮ ਹੈ ਨੋਰਮਲ 'ਚ ਕੋਈ ਨਹੀਂ ਹੈਗਾ ਸਭ ਵਧੀਆ 'ਚ ਪਰਫਿਊਮ ਹੈ ਠੀਕ ਹੈ ਇੱਕ ਉਹ ਚੀਜ਼ ਹੈਗੀ ਆਪਣੇ ਕੋਲ ਬੈਲਟ ਠੀਕ ਹੈ ਇਹ ਵਧੀਆ 'ਚ ਬੈਲਟ ਹੈਗੀ ਹੈ ਲੂਇਸ ਵਟੋਨ ਦੀ ਹੈ ਟਾਇਰ ਦੀ ਹੈ ਗੁੱਚੀ ਦੀ ਹੈ ਸਾਰੀ ਤੁਹਾਨੂੰ ਬੈਲਟ ਮਿਲ ਜੂਗੀ ਸੋ ਅੱਜ ਅਸੀਂ ਪਹੁੰਚੇ ਸੀਗੇ BMS ਫੈਸ਼ਨ ਸਟੋਰ ਦੇ ਵਿੱਚ ਕਿਉਂਕਿ ਕਾਫੀ ਹੈਵੀ ਡਿਮਾਂਡ ਸੀਗੀ ਸਾਡੇ ਵੀਰਾਂ ਦੀ ਕਹਿੰਦੇ ਸੀ ਉੱਥੇ ਜਾ ਕੇ ਸਾਨੂੰ ਵਰਾਇਟੀ ਦਿਖਾ ਦਿਓ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਅਸੀਂ ਦਿਖਾ ਦਿੱਤੀ ਹੈਗੀ ਆ ਤੁਸੀਂ ਇੱਥੇ ਪਹੁੰਚਣਾ ਹੈਗਾ ਜਲੰਧਰ ਸ਼ਹਿਰ ਦੇ ਵਿੱਚ BMS ਫੈਸ਼ਨ ਸਟੋਰ ਹੈਗਾ ਇੱਥੇ ਹਾਲਾਂਕਿ ਪੂਰੇ ਪੰਜਾਬ ਤੋਂ ਜਿਹੜੇ ਲੋਕ ਇੱਥੋਂ ਆ ਕੇ ਸ਼ੋਪਿੰਗ ਕਰ ਰਹੇ ਆ ਆਪਣੇ ਪੈਸੇ ਬਚਾ ਰਹੇ ਆ ਹਾਲਾਂਕਿ ਪੈਸੇ ਤਾਂ ਬਚਾ ਰਹੇ ਆ ਪਰ ਜਿਹੜੀ ਵਰਾਇਟੀ ਆ ਉਹਦਾ ਖੁੱਲ੍ਹਾ ਚੈਲੰਜ ਹੈਗਾ ਤੁਹਾਨੂੰ ਪੰਜਾਬ ਦੇ ਹੋਰ ਕਿਸੇ ਸਟੋਰ 'ਚੋਂ ਇਹੋ ਜਿਹੀ ਵਰਾਇਟੀ ਨਹੀਂ ਮਿਲਦੀ ਜੇਕਰ ਵਰਾਇਟੀ ਮਿਲੇਗੀ ਤਾਂ ਤੁਹਾਨੂੰ ਵੱਡੇ ਬ੍ਰਾਂਡਾਂ ਦੇ ਵਿੱਚ ਸ਼ੋਰੂਮਾਂ ਦੇ ਵਿੱਚ ਜਾਣਾ ਪਵੇਗਾ ਅਤੇ ਇਹਦੇ ਨਾਲੋਂ 4 ਗੁਣਾ ਜ਼ਿਆਦਾ ਐਕਸਟਰਾ ਤੁਹਾਨੂੰ ਪੈਸੇ ਖਰਚਣੇ ਪੈਣੇ ਆ ਪਰ ਉਹ ਸਾਰਾ ਕੁਛ ਤੁਹਾਨੂੰ ਇੱਥੇ ਇੱਕੋ ਹੀ ਛੱਤ ਥੱਲੇ ਮਿਲ ਰਿਹਾ ਹੈਗਾ ਕੋਈ ਵੀ ਜਾਣਕਾਰੀ ਜਾਂ ਕੋਈ ਇਨਫੋਰਮੇਸ਼ਨ ਹੈਗੀ ਆ ਸਕਰੀਨ 'ਤੇ ਨੰਬਰ ਆ ਰਿਹਾ ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰ ਸਕਦੇ ਹਾਂ ਵਾਰ ਵਾਰ ਤੁਹਾਨੂੰ ਇਹੀ ਕਹਿੰਦੇ ਜਿਹੜਾ ਕਿ BMS ਫੈਸ਼ਨ ਦਾ ਇੰਸਟਾਗ੍ਰਾਮ ਪੇਜ ਹੈਗਾ ਉਸਨੂੰ ਤੁਸੀਂ ਫੋਲੋ ਕਰੋ ਤਾਂ ਜੋ ਕਿ ਤੁਹਾਡੇ ਕੋਲ ਸਾਰੀ ਅਪਡੇਟ ਤੁਹਾਡੇ ਘਰਾਂ ਤੱਕ ਤੁਹਾਡੇ ਫੋਨਾਂ ਰਾਹੀਂ ਤੁਹਾਡੇ ਕੋਲ ਪਹੁੰਚ ਸਕਦੀ ਹੈਗੀ ਆ ਕੈਮਰਾਮੈਨ ਜੱਸੀ ਸੈਂਡ ਦੇ ਨਾਲ ਹਰਦੀਪ ਸਿੰਘ ਤੱਗੜ ਸਾਂਝ TV ਜਲੰਧਰ